ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ ਵਿਰਸੇ ਦੀਆਂ। ਦੋਸਤੋ, ਜਦੋਂ ਵੀ ਵਿਰਾਸਤ ਤੇ ਨਜ਼ਰ ਮਾਰਦੇ ਹਾਂ, ਪਿਛੋਕੜ ਤੇ ਨਜ਼ਰ ਮਾਰਦੇ ਹਾਂ, ਤਾਂ ਹਮੇਸ਼ਾ ਇੰਝ ਲੱਗਦਾ ਕਿ ਅਸੀਂ ਬਹੁਤ ਕੁਝ ਪਿੱਛੇ ਛੱਡ ਆਏ ਹਾਂ, ਔਰ ਪਿੱਛੇ ਛੱਡਣ ਵਾਲਿਆਂ ਦੇ ਵਿੱਚੋਂ ਸਭ ਤੋਂ ਵੱਡੇ ਹੈ ਸਾਡੇ ਬਜ਼ੁਰਗ, ਔਰ ਉਹ ਰੂਹਾਂ ਜੋ ਕਦੇ ਸਾਡੇ ਵਿਹੜਿਆਂ ਦਾ ਸ਼ਿੰਗਾਰ ਬਣਦੇ ਸੀ, ਔਰ ਉਹ ਰੂਹਾਂ ਜੋ ਕਦੇ ਸੱਥਾਂ ਦਾ ਸ਼ਿੰਗਾਰ ਬਣਦੀਆਂ ਸੀ, ਔਰ ਉਹ ਰੂਹਾਂ ਜਿਨ੍ਹਾਂ ਰੂਹਾਂ ਦੇ ਕੋਲੋਂ ਅਸੀਂ ਸਲਾਹ ਮਸ਼ਵਰਾ ਕਰਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਦੇ ਸੀ। ਲੇਕਿਨ ਅੱਜ ਉਹ ਬਜ਼ੁਰਗ ਕਿਤੇ ਨਾ ਕਿਤੇ ਸਾਡੇ ਪਰਿਵਾਰ ਦੇ ਵਿੱਚੋਂ ਡਿਲੀਟ ਹੁੰਦੇ ਜਾ ਰਹੇ ਨੇ। ਲੇਕਿਨ ਮੁਬਾਰਕਬਾਦ ਦੇਣੀ ਚਾਹੁੰਦਾ ਮੈਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਅੱਜ ਵੀ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਲਈ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਦਿੱਤਾ ਹੋਇਆ ਹੈ, ਅੱਜ ਵੀ ਉਹਨਾਂ ਦੀ ਬਣਦੀ ਹੋਈ ਇੱਜ਼ਤ ਦਿੱਤੀ ਜਾ ਰਹੀ ਹੈ, ਬਣਦਾ ਹੋਇਆ ਮਾਣ ਦਿੱਤਾ ਜਾ ਰਿਹਾ ਹੈ। ਮੈਂ ਉਹਨਾਂ ਪਰਿਵਾਰਾਂ ਨੂੰ ਇੱਕ ਵਾਰ ਫਿਰ ਮੁਬਾਰਕਬਾਦ ਦੇ ਪਾਤਰ ਮੰਨਦਾ ਹਾਂ। ਲੇਕਿਨ ਕੁਛ ਇੱਕ ਪਰਿਵਾਰ ਨੇ ਜੋ ਅੱਜ ਵੀ ਬਜ਼ੁਰਗਾਂ ਨੂੰ ਦਰਬ ਦਰ ਮਤਲਬ ਠੋਕਰਾਂ ਖਾਣ ਲਈ ਮਜਬੂਰ ਕਰਦੇ ਨੇ। ਪਤਾ ਨਹੀਂ ਉੱਥੇ ਗਲਤੀ ਕਿਹਨਾਂ ਦੀ ਹੋ ਸਕਦੀ ਹੈ। ਕਈਆਂ ਨਾਲ ਜਦੋਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਤਾਂ ਉਹ ਇਹ ਕਹਿੰਦੇ ਆ ਕਿ ਬਜ਼ੁਰਗ ਸਾਡੇ ਅੱਜ ਦੇ ਕੰਮਕਾਰ ਦੇ ਵਿੱਚ ਇੰਟਰਫੇਅਰ ਕਰਦੇ ਆ, ਅਸੀਂ ਇੰਟਰਫੇਅਰਨੈਸ ਕਿਸੇ ਦੀ ਬਰਦਾਸ਼ਤ ਨਹੀਂ ਕਰਦੇ। ਸ਼ਾਇਦ ਇਹੀ ਇੱਕ ਕਾਰਨ ਹੈ ਕਿ ਬਜ਼ੁਰਗਾਂ ਦੀ ਔਰ ਸਾਡੀ ਜਿਹੜੀ ਨੇੜਤਾ ਹੈ ਉਹ ਨੇੜਤਾ ਨਹੀਂ ਬਲਕਿ ਹਮੇਸ਼ਾ ਦੂਰੀਆਂ ਵਿੱਚ ਬਦਲੀ ਜਾਂਦੀ ਹੈ। ਜਦੋਂ ਬਜ਼ੁਰਗਾਂ ਨੂੰ ਘਰ ਵਿੱਚ ਮਿਲਦਾ ਸਨਮਾਨ ਨਾ ਮਿਲੇ, ਜਦੋਂ ਬਜ਼ੁਰਗਾਂ ਨੂੰ ਘਰ ਵਿੱਚ ਜਗ੍ਹਾ ਨਾ ਮਿਲੇ ਤਾਂ ਫਿਰ ਉਹ ਜਾਣ ਤਾਂ ਕਿੱਥੇ ਜਾਣ। ਅਕਸਰ ਦੇਖਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਕਦੇ ਵੀ ਬਿਰਧ ਆਸ਼ਰਮ ਸ਼ਬਦ ਤੁਸੀਂ ਨਹੀਂ ਸੀ ਸੁਣਿਆ, ਲੇਕਿਨ ਇਹਨਾਂ ਦਿਨਾਂ ਵਿੱਚ ਹਰ ਸ਼ਹਿਰ ਦੇ ਵਿੱਚ, ਹਰ ਮਤਲਬ ਕਹਿ ਸਕਦੇ ਹਾਂ ਕਿ ਡਿਸਟ੍ਰਿਕਟ ਦੇ ਵਿੱਚ ਬੇਸ਼ੁਮਾਰ ਬਿਰਧ ਆਸ਼ਰਮ ਬਣੇ ਹੋਏ ਨੇ। ਬੇਸ਼ੁਮਾਰ ਬਿਰਧ ਆਸ਼ਰਮਾਂ ਦੀ ਜਿਹੜੀ ਗਿਣਤੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਘਰੇਲੂ ਕਲੇਸ਼ ਕਰਕੇ ਕਿਤੇ ਨਾ ਕਿਤੇ ਬਜ਼ੁਰਗ ਆਪ ਹੀ ਸਮਝਦਾਰੀ ਤੋਂ ਕੰਮ ਲੈ ਕੇ ਪਰਿਵਾਰ ਤੋਂ ਦੂਰ ਹੋ ਜਾਂਦੇ ਨੇ। ਜਦੋਂ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਬਿਰਧ ਆਸ਼ਰਮ ਦੇ ਵਿੱਚ, ਉੱਥੇ ਬਹੁਤ ਪੜ੍ਹੇ ਲਿਖੇ ਤਜਰਬੇਕਾਰ ਆਫਿਸਰ ਰਿਟਾਇਰ ਹੋ ਕੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰ ਰਹੇ ਨੇ। ਅੱਜ ਇਹ ਸਾਡਾ ਵਿਸ਼ਾ ਹੈ ਕਿ ਕੀ ਕਾਰਨ ਹੋ ਸਕਦੇ ਨੇ ਬਿਰਧ ਆਸ਼ਰਮਾਂ ਦੇ ਵਿੱਚ ਜਿਹੜੀ ਗਿਣਤੀ ਵੱਧ ਰਹੀ ਹੈ, ਔਰ ਉਹਨਾਂ ਬਿਰਧ ਆਸ਼ਰਮਾਂ ਦੇ ਵਿੱਚ ਜਿਹੜੇ ਬਜ਼ੁਰਗਾਂ ਦੀ, ਬਜ਼ੁਰਗ ਔਰਤਾਂ ਦੀ, ਬਜ਼ੁਰਗ ਮਰਦਾਂ ਦੀ ਜਿਹੜੀ ਗਿਣਤੀ ਹੈ ਦਿਨੋ ਦਿਨ ਵੱਧ ਰਹੀ ਹੈ। ਮੇਰੇ ਨਾਲ ਧਰਮਿੰਦਰ ਸੰਧੂ ਜੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਧੰਨਵਾਦ ਜੀ। ਬਿਰਧ ਆਸ਼ਰਮਾਂ ਦੀ ਜਿਹੜੀ ਗਿਣਤੀ ਹੈ ਉਹ ਦਿਨੋ ਦਿਨ ਕਿਉਂ ਵੱਧ ਰਹੀ ਹੈ, ਕਾਰਨ ਕੀ ਹੋ ਸਕਦਾ ਹੈ? ਕਾਰਨ ਇਹ ਹੈ ਜੀ, ਪਹਿਲਾਂ ਜਿਹੜੇ ਮਾਂ ਬਾਪ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਸੀ ਉਹ ਅੱਜ ਕੱਲ੍ਹ ਨਹੀਂ ਰਿਹਾ ਜੀ। ਜਿਹੜੀ ਅੱਜ ਦੀ ਪੀੜ੍ਹੀ ਆ ਉਹ ਮਾਂ ਬਾਪ ਨੂੰ ਆਪਣੇ ਆਪ ਦੇ ਉੱਤੇ ਭਾਰ ਸਮਝਣ ਲੱਗ ਪਈ ਹੈ, ਬੋਝ ਸਮਝਣ ਲੱਗ ਪਈ ਜੀ। ਇਸੇ ਕਰਕੇ ਜਿਹੜਾ ਮਾਂ ਬਾਪ ਦਾ ਰੋਖਾ, ਬਜ਼ੁਰਗਾਂ ਦਾ ਰੋਖਾ ਉਹ ਬਿਰਧ ਆਸ਼ਰਮਾਂ ਵੱਲ ਹੋ ਰਿਹਾ ਜੀ। ਮਤਲਬ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਹੈ ਉਹ ਪਰਿਵਾਰ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਰੱਖਿਆ ਨਹੀਂ ਜਾ ਰਿਹਾ, ਇਹ ਦੋਵੇਂ ਕਾਰਨ ਨੇ ਜੀ। ਜੀ, ਕਈਆਂ ਥਾਵਾਂ ਦੇ ਉੱਤੇ ਅਜਿਹਾ ਹੈ ਕਿ ਮਾਂ ਬਾਪ ਹੀ ਬੱਚਿਆਂ ਦੇ ਨਾਲ ਤਾਲਮੇਲ ਨਹੀਂ ਬਿਠਾ ਸਕਦੇ, ਕਿਉਂਕਿ ਇੱਕ ਪੀੜ੍ਹੀ ਅੰਤਰ ਆ ਜਾਂਦਾ, ਪੀੜ੍ਹੀ ਦਰ ਅੰਤਰ ਆ ਜਾਂਦਾ ਹੈ। ਉਸ ਅੰਤਰ ਦੇ ਚੱਲਦਿਆਂ ਜਿਹੜੇ ਮਾਂ ਬਾਪ ਬਜ਼ੁਰਗ ਨੇ ਉਹ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਬੱਚਿਆਂ ਦੀ ਗੱਲ ਉਹਨਾਂ ਨੂੰ ਨਹੀਂ ਸਮਝ ਆਉਂਦੀ ਜੀ, ਕਿਉਂਕਿ ਉਹਨਾਂ ਨੇ ਜਿਹੜੇ ਸਮੇਂ ਦੇਖੇ ਨੇ ਉਹ ਸਮੇਂ ਹੁਣ ਨਹੀਂ ਰਹੇ। ਇਸ ਦੇ ਚੱਕਰ ਦੇ ਵਿੱਚ ਹੀ ਕਈ ਵਾਰ ਮਾਂ ਬਾਪ ਵੀ ਗਲਤ ਹੋ ਜਾਂਦੇ ਨੇ ਕਿ ਉਹਨਾਂ ਨੂੰ ਐਂ ਲੱਗਦਾ ਹੈ ਕਿ ਸਾਡੀ ਜਿਹੜੀ ਨਸੀਹਤ ਹੈ ਉਹ ਸਾਡੇ ਬੱਚੇ ਮੰਨਣ। ਧਰਮਿੰਦਰ ਜੀ, ਗੱਲ ਤੁਹਾਡੀ ਠੀਕ ਹੈ, ਕਈ ਵਾਰੀ ਬਜ਼ੁਰਗ ਸਾਨੂੰ ਸਲਾਹ ਦਿੰਦੇ, ਸਲਾਹ ਤਾਂ ਲੈ ਲੈਣੀ ਚਾਹੀਦੀ ਹੈ, ਬਿਲਕੁਲ ਜੀ। ਉਸ ਨੂੰ ਮਤਲਬ ਇੰਪਲੀਮੈਂਟ ਕਰਨਾ ਨਾ ਕਰਨਾ ਇਹ ਤਾਂ ਆਪਣੇ ਤੇ ਨਿਰਭਰ ਕਰਦਾ, ਜੇ ਉਹ ਚੰਗੀ ਸਲਾਹ ਦਿੰਦੇ ਆ, ਕਿਉਂਕਿ ਉਹਨਾਂ ਨੇ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਹੰਢਾ ਚੁੱਕੇ ਨੇ ਉਸ ਚੀਜ਼ ਨੂੰ। ਸੋਮ ਜੀ, ਪਤਾ ਕੀ ਚੱਕਰ ਹੈ ਇਹਦੇ ਵਿੱਚ ਨਾ, ਗੱਲ ਤੁਹਾਡੀ ਵੀ ਠੀਕ ਹੈ ਕਿ ਸਲਾਹ ਲੈ ਲੈਣੀ ਚਾਹੀਦੀ ਹੈ ਜੀ, ਪਰ ਜਿਹੜੀ ਅੱਜ ਦੀ ਪੀੜ੍ਹੀ ਆ ਉਹਦੇ ਵਿੱਚ ਸਹਿਨਸ਼ੀਲਤਾ ਨਹੀਂ ਰਹੀ। ਉਹ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੇ ਆਪ ਦੇ ਵਿੱਚ ਬਿਲਕੁਲ ਠੀਕ ਹਾਂ, ਜੋ ਅਸੀਂ ਕਹਿ ਰਹੇ ਹਾਂ ਦਰੁਸਤ ਕਹਿ ਰਹੇ ਹਾਂ ਜੀ, ਬਜ਼ੁਰਗ ਜੋ ਸਲਾਹ ਦੇ ਰਿਹਾ ਹੈ ਉਹ ਸਾਡੇ ਕਿਸੇ ਕੰਮ ਦੀ ਨਹੀਂ, ਕਿਉਂਕਿ ਇਹ ਬੜੀ ਪੁਰਾਣੀ ਗੱਲ ਕਰ ਰਿਹਾ ਕਿ ਸਾਡੇ ਸਮੇਂ ਵਿੱਚ ਇਹ ਹੁੰਦਾ ਸੀ, ਸਾਡੇ ਸਮੇਂ ਵਿੱਚ ਇਹ ਹੁੰਦਾ ਸੀ ਜੀ, ਕਿਉਂਕਿ ਅੱਜ ਦਾ ਸਮਾਂ ਬਦਲ ਚੁੱਕਿਆ ਹੈ। ਇਹ ਵੀ ਇੱਕ ਕਾਰਨ ਹੈ ਕਿ ਜੋ ਬੱਚੇ ਨੇ ਉਹ ਆਪਣੇ ਮਾਂ ਬਾਪ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡ ਆਉਂਦੇ ਨੇ ਜਾਂ ਮਾਪੇ ਵੀ ਉਸ ਪਰਿਵਾਰ ਦੇ ਵਿੱਚ ਰਹਿਣਾ ਫਿਰ ਪਸੰਦ ਨਹੀਂ ਕਰਦੇ ਜਿੱਥੇ ਉਹਨਾਂ ਦੀ ਸਲਾਹ ਨਾ ਲਈ ਜਾਵੇ, ਜਿੱਥੇ ਉਹਨਾਂ ਦੀ ਮਤਲਬ ਗੱਲ ਦੇ ਵਿੱਚ ਸਲਾਹ ਮਸ਼ਵਰਾ ਨਾ ਲਿਆ ਜਾਵੇ। ਤਾਂ ਫਿਰ ਮਾਂ ਬਾਪ ਦਾ ਵੀ ਇਹੀ ਹੁੰਦਾ ਕਿ ਜਦ ਸਾਡੀ ਇਸ ਘਰ ਦੇ ਵਿੱਚ ਪੁੱਛ ਹੀ ਨਹੀਂ ਹੈ ਤੇ ਅਸੀਂ ਕਿਉਂ ਨਹੀਂ ਮਤਲਬ ਕਿਸੇ ਐਸੀ ਜਗ੍ਹਾ ਜਾਂਦੇ ਜਿੱਥੇ ਕਮ ਸੇ ਕਮ ਅਸੀਂ ਬਾਕੀ ਦੇ ਦਿਨ ਸ਼ਾਂਤਮਈ ਤਰੀਕੇ ਨਾਲ ਤਾਂ ਗੁਜ਼ਾਰ ਸਕਦੇ ਹਾਂ। ਬਿਲਕੁਲ ਇਹੀ ਗੱਲ ਹੈ ਜੀ, ਕਿਉਂਕਿ ਉੱਥੇ ਜਾ ਕੇ ਬਿਰਧ ਆਸ਼ਰਮ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਆਪਣੇ ਹਾਣ ਦੇ ਲੋਕ ਮਿਲਦੇ ਨੇ, ਉਹਨਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ, ਉਹਨਾਂ ਦੇ ਜਿਹੜੇ ਘਰੇਲੂ ਕਲੇਸ਼ ਨੇ
ਉਹਨਾਂ ਤੋਂ ਆਪਸ ਦੇ ਵਿੱਚ ਜਾਣੂ ਹੁੰਦੇ ਨੇ, ਉਹਨਾਂ ਨੂੰ ਆਪਦੀਆਂ ਸਮੱਸਿਆਵਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਲੱਗਦੀਆਂ ਨੇ, ਇਸ ਕਰਕੇ ਉਹ ਬਿਰਧ ਆਸ਼ਰਮ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ। ਨਹੀਂ, ਬਿਰਧ ਆਸ਼ਰਮ ਦੇ ਵਿੱਚ ਫਿਰ ਜ਼ਰੂਰਤਾਂ ਨੈਸੈਸਿਟੀਜ਼ ਤਾਂ ਉੱਥੇ ਵੀ ਹੁੰਦੀਆਂ ਨੇ, ਖਾਣ ਪੀਣ ਦੀ, ਛੱਤ ਦੀ ਨੈਸੈਸਿਟੀ ਹੁੰਦੀ ਹੈ। ਮਤਲਬ ਫਿਰ ਕਿਤੇ ਨਾ ਕਿਤੇ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹ ਇਹ ਮਹਿਸੂਸ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਯਾਦ ਕਰਕੇ ਫਿਰ ਉਹ ਰੋਂਦੇ ਨੇ, ਬਿਲਕੁਲ ਜੀ, ਕਰਲਾਉਂਦੇ ਨੇ ਕਿ ਸਾਡਾ ਪਰਿਵਾਰ ਇਸ ਤਰ੍ਹਾਂ ਦਾ ਸੀ, ਸਾਡਾ ਪਰਿਵਾਰ ਇਸ ਤਰ੍ਹਾਂ ਦਾ ਸੀ। ਜਦ ਉਹ ਇੱਕ ਵਾਰੀ ਜਾ ਹੀ ਆਇਆ ਤਾਂ ਫਿਰ ਉਹਨਾਂ ਨੂੰ ਪਰਿਵਾਰ ਦੀ ਜਿਹੜੀ ਪਿਛਲੀ ਫਿਕਰ ਹੈ, ਉੱਥੇ ਰਹਿਣ ਦੇ ਬਾਵਜੂਦ ਵੀ ਪਰਿਵਾਰ ਦੀ ਪਿਛਲੇ ਦੀ ਫਿਕਰ ਹੁੰਦੀ ਹੈ। ਦੇਖੋ ਸੋਨੂੰ ਜੀ, ਇੱਕ ਕਹਾਵਤ ਹੈ ਕਿ ਨੌਂ ਨਾਲੋਂ ਮਾਸ ਕਦੇ ਅਲੱਗ ਨਹੀਂ ਹੁੰਦੇ, ਬਿਲਕੁਲ ਇਹੀ ਹੈ ਕਿ ਜਿਹੜੀ ਉਹਨਾਂ ਦੀ ਇੱਕ ਸਾਰੀ ਉਮਰ ਇੱਕੋ ਛੱਤ ਥੱਲੇ ਰਹੇ ਨੇ, ਉਹਨਾਂ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਹੈ, ਉਹਨਾਂ ਦੀਆਂ ਸਾਰੀਆਂ ਸੁੱਖ ਸੁਵਿਧਾਵਾਂ ਦਾ ਖਿਆਲ ਰੱਖਿਆ ਹੈ ਜੀ, ਪਰ ਇੱਕਦਮ ਜਦੋਂ ਉਹ ਘਰ ਤੋਂ ਬਾਹਰ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲਾਂ ਆਉਂਦੀਆਂ ਨੇ ਕਿ ਅਸੀਂ ਕਿਸ ਤਰ੍ਹਾਂ ਉਸ ਘਰ ਦੇ ਵਿੱਚ ਵਿਚਰਦੇ ਸੀ, ਕਿਸ ਤਰ੍ਹਾਂ ਦਾ ਖਾਣਾ ਪੀਣਾ ਸੀ, ਰਹਿਣ ਸਹਿਣ ਸੀ, ਬੱਚਿਆਂ ਨਾਲ ਕਿਹੋ ਜਿਹੀਆਂ ਗੱਲਾਂ ਕਰਦੇ ਸੀ, ਬੱਚਿਆਂ ਨਾਲ ਕਿਸ ਤਰ੍ਹਾਂ ਅਸੀਂ ਪਿਆਰ ਕਰਦੇ ਸੀ, ਬੱਚੇ ਸਾਨੂੰ ਕਿਸ ਤਰ੍ਹਾਂ ਦਾ ਸਾਡੇ ਨਾਲ ਬਿਹੇਵ ਕਰਦੇ ਸੀ ਜੀ, ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਉਸ ਟਾਈਮ ਆਉਂਦੀਆਂ ਨੇ। ਇਸ ਕਰਕੇ ਉਹਨਾਂ ਨੂੰ ਆਪਣੇ ਘਰ ਵੱਲ ਵੀ ਥੋੜੀ ਜਿਹੀ ਖਿੱਚ ਰਹਿੰਦੀ ਹੈ ਜੀ। ਸ਼ਾਇਦ ਇਹੀ ਇੱਕ ਕਾਰਨ ਹੈ ਕਿ ਜਿੱਦਾਂ ਤੁਸੀਂ ਸ਼ੁਰੂ 'ਚ ਉਦਾਹਰਣ ਦਿੱਤੀ ਸੀ ਕਿ ਨੌਂ ਨਾ ਮਾਸ ਜਿਹੜਾ ਉਹ ਕਦੇ ਵੀ ਅਲੱਗ ਨਹੀਂ ਹੋ ਸਕਦਾ, ਫਿਰ ਵੀ ਕਿਤੇ ਨਾ ਕਿਤੇ ਉਹ ਆਪਣੇ ਪਰਿਵਾਰ ਵਿੱਚ ਤੜਫਦੇ ਨੇ ਜੀ, ਕਿ ਬੱਚੇ ਵੀ ਉਹਨਾਂ ਵਿੱਚ ਤੜਫਦੇ ਨੇ ਬਿਲਕੁਲ ਬਿਰਧ ਆਸ਼ਰਮ ਜਾਣ ਤੋਂ ਬਾਅਦ। ਬਿਲਕੁਲ, ਬੱਚਿਆਂ ਦੇ ਵਿੱਚ ਵੀ ਇੱਕ ਖਿੱਚ ਹੈ ਕਿਉਂਕਿ ਉਹਨਾਂ ਨੇ ਉਸੇ ਮਾਂ ਬਾਪ ਦੀ ਕੁੱਖ ਤੋਂ ਜਨਮ ਲਿਆ ਜੀ, ਇਸ ਕਰਕੇ ਉਹ ਵੀ ਉਹਨਾਂ ਦਾ ਵੀ ਇੱਕ ਖੂਨ ਦਾ ਰਿਸ਼ਤਾ ਬਣਦਾ, ਇਸ ਕਰਕੇ ਇੱਕ ਖਿੱਚ ਰਹਿੰਦੀ ਹੈ ਕਿਉਂਕਿ ਜਿਹੜੇ ਅੱਜ ਦੇ ਹਾਲਾਤ, ਅੱਜ ਦੀ ਜ਼ਿੰਦਗੀ ਹੈ ਉਹ ਇੰਨੀ ਭੱਜ ਨੱਠ ਭਰੀ ਹੈ ਨਾ ਕਿ ਉਹਦੇ ਵਿੱਚ ਕਿਸੇ ਕੋਲ ਸਮਾਂ ਹੀ ਨਹੀਂ ਹੈ। ਇੱਕ ਵਾਰ ਆਪਾਂ ਕੋਈ ਨਾ ਕੋਈ ਫੈਸਲਾ ਤਾਂ ਲੈ ਲੈਂਦੇ ਹਾਂ, ਪਰ ਉਸ ਤੋਂ ਬਾਅਦ ਦੇ ਵਿੱਚ ਉਸ ਫੈਸਲੇ ਦੇ ਉੱਤੇ ਸਾਨੂੰ ਪਛਤਾਉਣਾ ਵੀ ਪੈਂਦਾ। ਬਿਲਕੁਲ, ਪਛਤਾਉਣਾ ਇਸ ਕਰਕੇ ਪੈਂਦਾ ਕਿ ਜੋ ਹੋਇਆ ਇਹ ਗਲਤ ਹੋਇਆ, ਕਿਉਂਕਿ ਜਦੋਂ ਇਨਸਾਨ ਨੂੰ ਗੁੱਸਾ ਆਉਂਦਾ ਤਾਂ ਉਸਦੀ ਸੋਚਣ ਸ਼ਕਤੀ ਜਿਹੜੀ ਬੰਦ ਹੋ ਜਾਂਦੀ ਹੈ ਤੇ ਮੂੰਹ ਜਿਹੜਾ ਉਹ ਪੂਰੀ ਤਰ੍ਹਾਂ ਖੁੱਲ ਜਾਂਦਾ, ਲੇਕਿਨ ਜਦੋਂ ਸਾਰਾ ਕੁਝ ਭਾਣਾ ਵਰਤ ਜਾਂਦਾ ਤੇ ਉਸ ਵੇਲੇ ਪਤਾ ਲੱਗਦਾ ਕਿ ਜੋ ਹੋਇਆ ਇਹ ਗਲਤ ਹੋਇਆ। ਵੈਸੇ ਧਰਮਿੰਦਰ ਜੀ, ਇੱਕ ਗੱਲ ਜ਼ਰੂਰ ਹੈ ਕਿ ਬਿਰਧ ਆਸ਼ਰਮ ਮੇਰੇ ਹਿਸਾਬ ਦੇ ਨਾਲ ਹੋਣੇ ਨਹੀਂ ਚਾਹੀਦੇ। ਬਿਲਕੁਲ ਨਹੀਂ ਹੋਣੇ ਚਾਹੀਦੇ ਜੀ, ਕਿਉਂਕਿ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਹੈ, ਜਦੋਂ ਆਪਾਂ ਨੂੰ ਉਹ ਬਣੀ ਬਣਾਈ ਦਿਸੂਗੀ ਤਾਂ ਆਪਾਂ ਉਹਦੇ ਵੱਲ ਤਾਂ ਹੀ ਰੁੱਖ ਕਰਾਂਗੇ ਜੀ। ਉਦਾਹਰਨ ਵਾਸਤੇ ਤੁਸੀਂ ਲੈ ਲਓ ਵੀ ਕੋਈ ਖਾਣ ਵਾਲੀ ਚੀਜ਼ ਹੈ ਜੀ, ਉਹ ਜੇ ਮਾਰਕੀਟ ਦੇ ਵਿੱਚ ਬਣ ਰਹੀ ਹੈ, ਉੱਥੇ ਉਪਲਬਧ ਹੈ, ਆਪਾਂ ਤਾਂ ਹੀ ਉਸ ਨੂੰ ਖਰੀਦਣ ਜਾਵਾਂਗੇ। ਬਿਲਕੁਲ, ਜੇਕਰ ਉਹ ਚੀਜ਼ ਦੀ ਉਪਲਬਧੀ ਨਹੀਂ, ਉਪਲਬਧ ਨਹੀਂ, ਉਸ ਚੀਜ਼ ਦੀ ਹੋਂਦ ਹੀ ਨਹੀਂ ਹੈ ਜੀ, ਤਾਂ ਅਸੀਂ ਉਸ ਨੂੰ ਕਿਸ ਤਰ੍ਹਾਂ ਖਰੀਦ ਸਕਦੇ ਹਾਂ, ਕਿਸ ਤਰ੍ਹਾਂ ਅਪਣਾ ਸਕਦੇ ਹਾਂ? ਸ਼ਾਇਦ ਇਸੇ ਕਰਕੇ ਜ਼ਿਆਦਾ ਕਰਕੇ, ਵੈਸੇ ਜ਼ਿਆਦਾ ਕਰਕੇ ਮੈਂ ਕਹਿ ਸਕਦਾ ਕਿ ਜਿਹੜੇ ਰਿਟਾਇਰ ਆਫੀਸਰ ਨੇ, ਜਾਂ ਕਹਿ ਸਕਦੇ ਹਾਂ ਕਿ ਜੇ ਉਹ ਕਿਸੇ ਨਾ ਕਿਸੇ ਪੋਸਟ ਤੋਂ ਜਿਹੜੇ ਰਿਟਾਇਰ ਹੋ ਰਹੇ ਨੇ, ਜਦੋਂ ਇਹਨਾਂ ਦਾ ਕੋਈ ਐਪੀਸੋਡ ਟੈਲੀਕਾਸਟ ਹੁੰਦਾ ਤੇ ਸਾਨੂੰ ਦੇਖਣ ਨੂੰ ਮਿਲਦਾ, ਉਹਦੇ ਵਿੱਚ ਜ਼ਿਆਦਾ ਕਰਕੇ ਰਿਟਾਇਰ ਲੋਕ ਹੁੰਦੇ ਨੇ ਜੀ। ਰਿਟਾਇਰ ਲੋਕ ਜਿਹੜੇ ਨੇ, ਰਿਟਾਇਰ ਬਜ਼ੁਰਗ ਜਿਹੜੇ ਨੇ, ਉਹਨਾਂ ਦੀ ਪਰਿਵਾਰ ਨੂੰ ਵੱਧ ਰਿਸਪੈਕਟ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਪੂਰੀ ਜ਼ਿੰਦਗੀ ਦਫ਼ਤਰਾਂ ਦੇ ਵਿੱਚ ਗੁਜ਼ਾਰੀ ਹੁੰਦੀ ਹੈ। ਤਾਂ ਫਿਰ ਉਹ ਬਿਰਧ ਆਸ਼ਰਮ ਦਾ ਹਿੱਸਾ ਕਿਉਂ ਬਣਦੇ ਨੇ? ਉਹ ਇਸ ਕਰਕੇ ਬਣਦੇ ਨੇ ਕਿਉਂਕਿ ਉਹ ਇੱਕ ਰਿਪੀਟਡ ਜੌਬ ਦੇ ਉੱਤੋਂ ਰਿਟਾਇਰ ਹੁੰਦੇ ਨੇ ਜੀ, ਉੱਥੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਆਪਣੀ ਮਨਮਰਜ਼ੀ ਦੇ ਨਾਲ ਕੰਮ ਕੀਤਾ ਹੁੰਦਾ। ਪਰ ਜਦੋਂ ਘਰ ਦੇ ਵਿੱਚ ਉਹ ਇਸੇ ਤਰ੍ਹਾਂ ਹੀ ਆਪਣੇ ਘਰਦਿਆਂ ਦੇ ਨਾਲ ਉਹੋ ਜਿਹਾ ਵਿਵਹਾਰ ਕਰਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਾਡੇ ਉੱਤੇ ਹਰ ਚੀਜ਼ ਥੋਪ ਰਿਹਾ ਜੀ, ਇਸ ਕਾਰਨ ਪਿੱਛੇ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਤੇ ਉਸ ਤੋਂ ਬਾਅਦ ਦੀ ਜਿਹੜੀ ਸਥਿਤੀ ਹੈ ਉਹ ਬਿਰਧ ਆਸ਼ਰਮ ਦੇ ਵਿੱਚ ਜਾ ਕੇ ਖਤਮ ਹੁੰਦੀ ਹੈ। ਤੁਸੀਂ ਮਤਲਬ ਕਹਿ ਸਕਦੇ ਹੋ ਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਹ ਬਜ਼ੁਰਗਾਂ ਦੀ ਇੰਟਰਫੇਅਰਨੈਸ ਜਿਹੜੀ, ਉਹ ਮਤਲਬ ਜਿਹੜੀ ਆਪਸ ਵਿੱਚ ਹੀ ਗੱਲਬਾਤ ਹੁੰਦੀ ਉਹਦੇ ਵਿੱਚ ਉਹ ਬਰਦਾਸ਼ਤ ਨਹੀਂ ਕਰਦੇ? ਨਹੀਂ ਕਰਦੇ ਜੀ, ਕਿਉਂਕਿ ਸਮਾਂ ਹੀ ਅਜਿਹਾ ਕਿ ਤੁਸੀਂ ਜੇ ਕਿਸੇ ਨੂੰ ਕਹੋਗੇ, ਜੇ ਉਸ ਨੂੰ ਕੋਈ ਫਾਇਦੇ ਦੀ ਗੱਲ ਵੀ ਦੱਸੋਗੇ ਤਾਂ ਉਹ ਸੋਚੂਗਾ ਵੀ ਸ਼ਾਇਦ ਇਹ ਮੈਨੂੰ ਗੱਲ ਦੱਸ ਰਿਹਾ ਹੈ, ਉਹਦੇ ਵਿੱਚ ਇਹਦਾ ਕਿੰਨਾ ਕੁ ਫਾਇਦਾ ਹੈ। ਇਸ ਕਰਕੇ ਜਿਹੜੀ ਇਹ ਮਤਭੇਦ ਆ ਰਹੇ ਨੇ, ਜਿਹੜੇ ਰਿਸ਼ਤਿਆਂ ਦੇ ਵਿੱਚ ਜਿਹੜੀ ਗਰਮਾਹਟ ਸੀ ਉਹ ਖਤਮ ਹੋ ਰਹੀ ਹੈ, ਦੂਰੀਆਂ ਬਣ ਰਹੀਆਂ ਨੇ, ਇਹੀ ਕਾਰਨ ਨੇ। ਤਾਂ ਜੇ ਲਾਇਆ ਜਾਵੇ ਤਾਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਇਤਿਹਾਸ ਪੜ੍ਹਦੇ ਹਾਂ, ਆਪਾਂ ਨਾਟਕਾਂ ਦੇ ਜ਼ਰੀਏ ਵੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਅੱਜ ਸੀ ਉਹ ਪੁਰਾਣੇ ਜ਼ਮਾਨੇ ਵਿੱਚ ਵੀ ਸੀ। ਇਹ ਨਹੀਂ ਕਹਿ ਸਕਦੇ ਕਿ ਪੁਰਾਣੇ ਜ਼ਮਾਨੇ, ਠੀਕ ਹੈ ਉਦੋਂ ਮੋਬਾਈਲ ਦਾ ਯੁੱਗ ਨਹੀਂ ਸੀ, ਉਦੋਂ ਤਾਰਾਂ ਦਾ ਯੁੱਗ ਸੀ, ਚਿੱਠੀਆਂ ਦਾ ਯੁੱਗ ਸੀ, ਲੇਕਿਨ ਲੋਕ ਤਾਂ ਫਿਰ ਵੀ ਜਿਉਂਦੇ ਸੀ। ਬਿਲਕੁਲ ਜਿਉਂਦੇ ਸੀ ਲੋਕ, ਤਾਂ ਫਿਰ ਵੀ ਜਿਉਂਦੇ ਸੀ ਜੀ। ਅੱਜ ਇਹੋ ਜਿਹਾ ਕੀ ਹੋ ਗਿਆ ਕਿ ਮੋਬਾਈਲ ਦੇ ਅਸੀਂ ਪੂਰੀ ਤਰ੍ਹਾਂ ਗੁਲਾਮ ਹੋ ਚੁੱਕੇ ਹਾਂ ਔਰ ਰਿਸ਼ਤਿਆਂ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਉਹੀ ਹੈ ਜੀ, ਤੁਹਾਡੇ ਕੋਲ ਜਦੋਂ ਸਮਾਂ ਹੀ ਨਹੀਂ ਰਿਹਾ ਕਿਸੇ ਵਾਸਤੇ ਜੀ, ਰਿਸ਼ਤਾ ਉਦੋਂ ਰਹਿੰਦਾ ਜਦੋਂ ਤੱਕ ਤੁਸੀਂ ਇੱਕ ਦੂਜੇ ਨਾਲ ਆਪਣਤ ਬਣਾਈ ਰੱਖਦੇ ਹੋ, ਇੱਕ ਤੁਹਾਡੇ ਵਿੱਚ ਇੱਕ ਦੂਜੇ ਨੂੰ ਮਿਲਣ ਦੀ, ਗੱਲਬਾਤ ਕਰਨ ਦੀ ਖਿੱਚ ਰਹਿੰਦੀ ਹੈ। ਬਿਲਕੁਲ ਬਿਲਕੁਲ, ਉਹ ਖਿੱਚ ਦੇ ਵਿੱਚ ਜਿਹੜੀ ਉਹ ਸਪੇਸ ਆ, ਉਸ ਸਪੇਸ ਦੇ ਵਿੱਚ ਜਦੋਂ ਕੋਈ ਦੂਸਰੀ ਚੀਜ਼ ਆ ਜਾਵੇ ਤਾਂ ਆਪਣੇ
ਘਰ ਦਾ ਸਰਮਾਇਆ ਨੇ, ਬਿਲਕੁਲ ਜੀ, ਬਜ਼ੁਰਗ ਘਰ ਦਾ ਸ਼ਿੰਗਾਰ ਨੇ, ਬਿਲਕੁਲ ਜੀ, ਔਰ ਕਦੇ ਵੀ ਅਸੀਂ ਜਿਹੜੀ ਜ਼ਿੰਦਗੀ ਦੇ ਦਿਨ ਬਜ਼ੁਰਗਾਂ ਤੋਂ ਦੂਰ ਰਹਿ ਕੇ ਗੁਜ਼ਾਰਦੇ ਹਾਂ, ਕਿਤੇ ਨਾ ਕਿਤੇ ਅਸਲ ਵਿੱਚ ਉਹ ਦਿਨ ਨਹੀਂ ਹੈ, ਉਹ ਤਾਂ ਇੱਕ ਟਾਈਮ ਪਾਸ ਹੈ, ਟਾਈਮ ਪਾਸ ਹੈ। ਤੁਹਾਡੇ ਮੁਤਾਬਕ ਆਖਰ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੰਤ ਵਿੱਚ ਮੈਂ ਇਵਨ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ, ਕਿਉਂਕਿ ਬਜ਼ੁਰਗ ਸਾਡਾ ਸਰਮਾਇਆ ਨੇ, ਸਾਡੀ ਪੂੰਜੀ ਨੇ, ਸਾਡੇ ਸੱਭਿਆਚਾਰ ਦੀ ਪਹਿਚਾਣ ਨੇ, ਕਿਉਂਕਿ ਉਹਨਾਂ ਦੇ ਨਾਲ ਅਸੀਂ ਮਿਲ ਕੇ ਹੀ ਵਿਰਸੇ ਦੀਆਂ ਗੱਲਾਂ ਕਰ ਸਕਦੇ ਹਾਂ, ਉਹਨਾਂ ਤੋਂ ਹੀ ਅਸੀਂ ਆਪਣੇ ਪੁਰਾਤਨ ਵਿਰਸੇ ਬਾਰੇ ਜਾਣ ਸਕਦੇ ਹਾਂ, ਆਪਦੀ ਸੰਸਕ੍ਰਿਤੀ ਬਾਰੇ, ਆਪਣੇ ਸੱਭਿਆਚਾਰ ਬਾਰੇ ਜਾਣ ਸਕਦੇ ਹਾਂ, ਕਿਉਂਕਿ ਜੇ ਅਸੀਂ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਸਾਡਾ ਸੱਭਿਆਚਾਰ, ਸਾਡੇ ਸੱਭਿਆਚਾਰ ਦੇ ਅੰਗ, ਸਾਡੇ ਸੱਭਿਆਚਾਰ ਦੇ ਅੰਸ਼ ਸਮਾਪਤ ਹੋ ਜਾਣਗੇ। ਜੋ ਨਵੀਂ ਪੀੜ੍ਹੀ ਨੂੰ ਚਾਹੀਦੇ ਨੇ ਉਹ ਕੁਛ ਨਹੀਂ ਮਿਲ ਸਕੂਗਾ। ਬਿਲਕੁਲ ਜੀ, ਸੋ ਇਸੇ ਕਰਕੇ ਅਸੀਂ ਲਾਸਟ ਵਿੱਚ ਜ਼ਰੂਰ ਕਹਾਂਗੇ ਕਿ ਬਜ਼ੁਰਗਾਂ ਦਾ ਸਤਿਕਾਰ ਕਰੋ। ਇਹੀ ਸਾਡੀ ਸਭ ਤੋਂ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਨਿਚੋੜ ਹੈ ਉਹ ਇਹੀ ਹੈ ਕਿ ਬਜ਼ੁਰਗਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਧਰਮਿੰਦਰ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਟਾਈਮ ਕੱਢਿਆ। ਸੋ ਦੋਸਤੋ, ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਨਾਲ ਲੱਗਾ ਜ਼ਰੂਰ ਸਾਨੂੰ ਦੱਸਣਾ, ਔਰ ਪ੍ਰੋਗਰਾਮ ਦੇ ਅੰਤ ਵਿੱਚ ਇਸ ਵਾਅਦੇ ਨਾਲ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸੋ ਏਵਨ ਪੰਜਾਬੀ ਚੈਨਲ ਨਾਲ ਤੁਸੀਂ ਜੁੜੇ ਰਹੋ, ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।